दया दे खजाने कलयुगी जीवां दे कल्याणकारी सतगुरु दस व्यक्तिगत गुरु साहबाना दी जागदी जोत हाजरा हजूर जाहरा जहूर सर्ब कला भरपूर पातशाह धन धन सतगुरु साहिब श्री गुरु ग्रंथ साहिब जी महाराज गरीब नवाज सतगुरां दी परम पूज हजूरी दे अंदर सुभायमान हो रहे माई भाई गुरु रूप गुरु खालसा साध संगत जीओ गरीब नवाज सतगुरां दे पावन चरणां दे विच हाजरी लवाउंदिआं होइआं प्यार सहित फतेह प्रवान करो गज के आखो जी वाहिगुरु जी का खालसा वाहिगुरु जी की फतेह। सन्मानयोग संगत जी गरीब नवाज सतगुरु सच्चे पातशाह जी दी महान बख्शिश रहमत कृपा होई है सतगुर नानक प्रगटिया मिटी धुंद जग चानण होआ ज्यों कर सूरज निकलिया तारे छपे अंधेर पलोआ ऐसे दीन दयाल सतगुरु जगत दे तारण हार स्वामी धन धन सतगुरु साहिब श्री गुरु नानक देव साहिब सच्चे पातशाह महाराज सतगुरां दा 550 साल शताब्दी आगमन पुरब बड़े प्यार सत्कार श्रद्धा भावना दे साहित पंथ दी सत्कारत शख्सियत अति सत्कार योग श्रीमान संत बाबा सरूप सिंह साहिब जी चंडीगढ़ वाले महापुरखां दी प्रेरणा दा सदका आप संगतां हर साल दी तरह सतगुरां दे पावन चरणां दे विच बैठ के अपने समय अते सवासां नूं सफलियां बना रहे हो। सन्मानयोग संगत जी ए साल 2019 दा जो साल है ਇਹ ਸਤਿਗੁਰਾਂ ਦੇ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਹੈ। ਜਿੰਨੇ ਵੀ ਸਮਾਗਮ ਹੋ ਰਹੇ ਨੇ ਜਾਂ ਪਹਿਲਾਂ ਹੋਏ ਨੇ ਸਾਰੇ ਸਮਾਗਮ ਸਤਿਗੁਰਾਂ ਦੇ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਹੋ ਰਹੇ ਨੇ ਤੇ ਗੁਰੂ ਕੇ ਪਿਆਰਿਓ ਕੇਵਲ ਹਾਜ਼ਰੀ ਦਾ ਸਮਾਂ ਹੈ ਤੇ ਹਰ ਇੱਕ ਧਰਮ ਦਾ ਹਰ ਇੱਕ ਕੌਮ ਦਾ ਕੋਈ ਨਾ ਕੋਈ ਚਿੰਨ ਹੁੰਦਾ ਕੋਈ ਨਿਸ਼ਾਨੀ ਹੁੰਦੀ ਹੈ ਤੇ ਆਪਣੇ ਧਰਮ ਦਾ ਸਿੱਖ ਧਰਮ ਦਾ ਕੀ ਚਿੰਨ ਹੈ ਕੀ ਨਿਸ਼ਾਨੀ ਹੈ ਸਾਬਤ ਸੂਰਤ ਦਸਤਾਰ ਸਿਰਾ ਚਿਹਰੇ ਦੇ ਉੱਤੇ ਦਾਰਾ ਦਾੜਾ ਪ੍ਰਕਾਸ਼ ਹੋਵੇ ਸਿਰ ਤੇ ਕੇਸ ਹੋਣ ਸੁੰਦਰ ਦਸਤਾਰਾ ਸਜਾਇਆ ਹੋਵੇ ਇਹ ਗੁਰੂ ਕੀ ਸਿੱਖੀ ਦੀ ਨਿਸ਼ਾਨੀ ਹੈ ਗੁਰੂ ਕੀ ਸਿੱਖੀ ਦਾ ਚਿੰਨ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਆ। ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਦੇ ਵਿੱਚ ਕਹਿੰਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜੋ ਨਿਰਮਲ ਪੰਥ ਸਤਿਗੁਰਾਂ ਨੇ ਚਲਾਇਆ ਉਸ ਨਿਰਮਲ ਪੰਥ ਨੂੰ ਦਸਵੇਂ ਜਾਮੇ ਦੇ ਵਿੱਚ ਆਣ ਕੇ ਕਲਗੀਧਰ ਪਾਤਸ਼ਾਹ ਪੰਥ ਵਾਲੀ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਨੇ ਖਾਲਸਾ ਪੰਥ ਦਾ ਰੂਪ ਦੇ ਕੇ ਨਵਾਜਿਆ ਮਾਣ ਬਖਸ਼ਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਮਹਿਮਾ ਨਾਮੇ ਬਾਣੀ ਦੇ ਵਿੱਚ ਜੋ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਸਤਿਗੁਰਾਂ ਨੇ ਤਿੰਨ ਸਵਈਏ ਲਿਖੇ ਨੇ ਦਸਮ ਬਾਣੀ ਦੇ ਵਿੱਚ ਹਜ਼ੂਰ ਕਹਿੰਦੇ ਜੋ ਕਿਛ ਲੇਖ ਲਿਖਿਓ ਬਿਧਨਾ ਸੋਈ ਪਾਇਤ ਮਿਸਰ ਜੂ ਸੋਕ ਨਿਵਾਰੋ ਮੇਰੋ ਕਛੂ ਅਪਰਾਧ ਨਹੀਂ ਗਇਓ ਜਾਤ ਤੇ ਭੂਲ ਨਹਿ ਕੋਪ ਚਿਤਾਰੋ ਬਾਗੋ ਨਿਹਾਲੀ ਪਠੈ ਦੈਹੋ ਆਜ ਭਲੈ ਤੁਮਕੋ ਨਿਸ਼ਚੈ ਜੀ ਧਾਰੋ ਛਤਰੀ ਸਭੈ ਕਿਰਤ ਬਿਪਨ ਕੇ ਇਨਹੂੰ ਪੈ ਕਟਾਸ਼ ਕਿਰਪਾ ਕੈ ਨਿਹਾਰੋ ਸਵਈਆ ਜੁਧ ਜਿਤੇ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਅਗ ਔਗ ਟਰੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਫੁਨ ਧਾਮ ਭਰੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ ਸਵਈਆ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦਇਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀਕੋ ਆਗੈ ਫਲੈ ਇਨਹੀ ਕੋ ਦਇਓ ਜਗ ਮੈਂ ਜਸ ਔਰ ਦਇਓ ਸਭ ਫੀਕੋ ਮੋ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭ ਹੀ ਇਨਹੀ ਕੋ ਕਲਗੀਧਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਗੁਰੂ ਕੇ ਸਿੱਖਾ ਜੇ ਤੂੰ ਆਪਣੇ ਜੀਵਨ ਕਾਲ ਦੇ ਵਿੱਚ ਕੋਈ ਸੇਵਾ ਕਰਨੀ ਹੈ ਤਾਂ ਗੁਰੂ ਕੇ ਖਾਲਸੇ ਦੀ ਕਰ ਜੇ ਕੋਈ ਆਪਣੇ ਜੀਵਨ ਦੇ ਵਿੱਚ ਦਾਨ ਪੁੰਨ ਕਰਨਾ ਹੈ ਤੇ ਗੁਰੂ ਕੇ ਖਾਲਸੇ ਦੇ ਪ੍ਰਤੀ ਕਰ ਸਤਿਗੁਰਾਂ ਨੇ ਏਡੀ ਵੱਡੀ ਵਡਿਆਈ ਏਡਾ ਵੱਡਾ ਮਾਣ ਆਪਣੇ ਖਾਲਸੇ ਨੂੰ ਬਖਸ਼ਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਐਸੀਆਂ ਵਡਿਆਈਆਂ ਦੇ ਕੇ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਨਵਾਜਿਆ ਤੇ ਗੁਰੂ ਕੇ ਪਿਆਰਿਓ ਇਹ ਸਤਿਗੁਰਾਂ ਦੇ ਮਨਾਏ ਹੋਏ
ਸ਼ਤਾਬਦੀ ਗੁਰਪੁਰਬ ਇਹ ਕੀਤੇ ਹੋਏ ਰਾਤਰੀ ਦੇ ਗੁਰਮਤ ਸਮਾਗਮ ਤਾਂ ਸਫਲੇ ਨੇ ਜੇ ਆਪਾਂ ਸਤਿਗੁਰਾਂ ਦੇ ਹੁਕਮ ਨੂੰ ਮੰਨਾਂਗੇ, ਸਤਿਗੁਰਾਂ ਦੀ ਆਗਿਆ ਦਾ ਪਾਲਣ ਕਰਾਂਗੇ। ਹਜ਼ੂਰ ਦਾ ਕੀ ਹੁਕਮ ਹੈ? ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹੜਾ ਆਪਣੇ ਆਪ ਨੂੰ ਸਿੱਖੀ ਘਰਾਣੇ ਦੇ ਨਾਲ ਸੰਬੰਧਿਤ ਸਮਝਦਾ ਹੈ ਉਹਦੇ ਪ੍ਰਤੀ ਗੁਰੂ ਦਾ ਹੁਕਮ ਹੈ ਕਿ ਗੁਰੂ ਕੇ ਸਿੱਖਾ ਤੂੰ ਗੁਰੂ ਕੀ ਸਿੱਖੀ ਧਾਰਨ ਕਰਨੀ ਹੈ, ਤੇਰਾ ਸਿਰ ਗੁਰੂ ਗੁਰੂ ਦੇ ਪਰਥਾਏ ਗੁਰੂ ਜਾਣ ਕੇ ਹੋਰ ਕਿਸੇ ਦੂਜੇ ਦੇ ਅੱਗੇ ਨਹੀਂ ਝੁਕਣਾ ਚਾਹੀਦਾ। ਕੇਵਲ ਤੇ ਕੇਵਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾਂ ਦੇ ਵਿੱਚ ਗੁਰੂ ਕੇ ਸਿੱਖ ਦਾ ਸਿਰ ਝੁਕਣਾ ਚਾਹੀਦਾ ਹੈ। ਗੁਰੂ ਕੇ ਪਿਆਰਿਓ ਸਤਿਗੁਰਾਂ ਦੀਆਂ ਖੁਸ਼ੀਆਂ ਤਾਂ ਮਿਲਣਗੀਆਂ, ਇਹ ਮਨਾਏ ਹੋਏ ਗੁਰਪੁਰਬ ਤਾਂ ਸਫਲੇ ਹੋਣਗੇ ਜੇ ਸਤਿਗੁਰਾਂ ਦੇ ਹੁਕਮ ਨੂੰ ਮੰਨਾਂਗੇ। ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਉਹ ਵਡਭਾਗੀ ਨੇ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਾਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਕੇ ਪਿਆਰਿਓ ਪਤਤ ਪੁਣੇ ਨੇ ਗੁਰੇ ਪੁਣੇ ਦੀ ਜੂਠ ਨੂੰ ਲਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ਕਲਗੀਧਰ ਪਾਤਸ਼ਾਹ ਪੰਥ ਵਾਲੀ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਦੀ ਪੁੱਤਰ ਬਣ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਧਾਰਨ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਾਰਨ ਬੇਅੰਤ ਚੜ੍ਹਦੀ ਕਲਾ ਵਾਲੇ ਜਥੇ ਮਹਾਂਪੁਰਖਾਂ ਨੇ ਯਾਦ ਕੀਤੇ ਨੇ, ਜਿਸ ਤਰ੍ਹਾਂ ਸੂਫੀ ਸੰਤ ਗੁਲਾਮ ਹੈਦਰ ਕਾਦਰੀ ਜੀ ਆਪ ਸੰਗਤਾਂ ਦੇ ਨਾਲ ਪਿਆਰ ਭਰੇ ਬਚਨਾਂ ਦੀ ਗੁਰਮਤ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਹੁਣ ਮਹਾਂਪੁਰਖਾਂ ਦੀ ਪਾਵਨ ਰਸਨਾ ਤੋਂ ਆਪ ਗੁਰੂ ਕੀਆਂ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਨਾ ਹੈ। ਦਾਸ ਮਹਾਂਪੁਰਖਾਂ ਦੀ ਹਾਜ਼ਰੀ ਲਵਾਉਣ ਵਾਸਤੇ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਮਹਾਂਬਲੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਦਰੋਂ ਘਰੋਂ ਵਰੋ ਸਾਏ ਸੂਰਬੀਰ ਬਹਾਦਰ ਯੋਧੇ ਮਹਾਨ ਪਰੇ ਉਪਕਾਰੀ ਗੁਰਸਿੱਖ ਸਤਿਗੁਰਾਂ ਦਾ ਸੀਨਾ ਬਣਨ ਵਾਲੀ ਮਹਾਨ ਪਾਵਨ ਪਵਿੱਤਰ ਆਤਮਾ ਸਿੱਖ ਕੌਮ ਦੇ ਵਿੱਚ ਸਭ ਤੋਂ ਪਹਿਲਾਂ ਬਹਾਦਰੀ ਦਾ ਰੁਤਬਾ ਪ੍ਰਾਪਤ ਕਰਨ ਵਾਲੇ ਜਿਨ੍ਹਾਂ ਦੇ ਪਰਥਾਏ ਮੀਰੀ ਪੀਰੀ ਦੇ ਮਾਲਕ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਬਚਨ ਕੀਤੇ ਨੇ। ਹਜ਼ੂਰ ਕਹਿੰਦੇ ਬਿਧੀ ਚੰਦ ਸ਼ੀਨਾ, ਬਿਧੀ ਚੰਦ ਬਾਬਾ ਜੀ ਦਾ ਨਾਮ ਹੈ, ਸ਼ੀਨਾ ਬਾਬਾ ਜੀ ਦਾ ਨਗਰ ਹੈ, ਸ਼ੀਨਾ ਗੋਤ ਹੈ ਬਾਬਾ ਜੀ ਦਾ। ਸਤਿਗੁਰੂ ਕਹਿੰਦੇ ਬਿਧੀ ਚੰਦ ਸ਼ੀਨਾ ਗੁਰ ਸੀਨਾ ਭਾਉ ਭਗਤ ਲੀਨਾ ਹਮਰੇ ਉਰ ਆਨੰਦ ਕੋ ਦੀਨਾ ਦੁਸ਼ਕਰ ਕਾਜ ਸੁਗਮ ਕਰ ਲੀਨਾ ਗੁਰ ਸੇਵਾ ਮੈਂ ਸੁਮਤ ਪ੍ਰਬੀਨਾ ਸਭ ਕੋ ਮਨ ਬਿਸਮਾਵਨ ਕੀਨਾ ਤੁਮ ਸੰਗ ਅਪਰ ਨਾ ਕੋ ਚੀਨਾ ਕਹਿ ਕਹਾਂ ਲਗ ਤੋਹੇ ਬਡਾਈ ਅਤ ਚਾਤਰਤਾ ਚਿਤ ਉਪਜਾਈ ਛਲੇ ਸ਼ਾਹੋ ਜੁਤ ਤੁਰਕ ਕਨੇਰੇ ਜਾਣੇ ਜਾਤ ਚਲਤ ਨਹਿ ਤੇਰੇ ਸਦਾ ਸਾਂਝ ਤੇਰੀ ਪੁਸ਼ਤੈਨੀ ਨਿਭ ਹੈ ਗੁਰ ਘਰ ਸੰਗ ਸੁਖੈਨੀ। ਐਸੀਆਂ ਬਖਸ਼ਿਸ਼ਾਂ ਦੇ ਕੇ ਸਤਿਗੁਰਾਂ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਨਵਾਜਿਆ ਕਿ ਬਾਬਾ ਜੀ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਦੀ ਸਾਂਝ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਪਾ ਦਿੱਤੀ ਹੈ। ਮਾਤਾ ਨਾਨਕੀ ਜੀ ਨੇ ਕਿਹਾ ਗੁਰ ਜਸ ਕੇ ਸੰਗ ਜਸ ਰਹਿ ਜਗ ਮੈਂ ਜਸ ਲੀਨੇ ਕਿ ਬਾਬਾ ਬਿਧੀ ਚੰਦ ਜੀ ਜਿੰਨਾ ਚਿਰ ਤੱਕ ਇਹ ਧਰਤੀ ਸੂਰਜ ਚੰਦ ਆਕਾਸ਼ ਤਾਰੇ ਰਹਿਣਗੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੋਵੇਗੀ, ਉਹਨਾਂ ਚਿਰ ਬਾਬਾ ਜੀ ਤੁਹਾਡੇ ਨਾਮ ਦਾ ਜਸ ਦੁਨੀਆਂ ਤੇ ਹੋਵੇਗਾ। ਸਤਿਗੁਰਾਂ ਨੇ ਇੱਥੋਂ ਤੱਕ ਬਚਨ ਕੀਤੇ ਭਾਈ ਬਿਧੀ ਚੰਦ ਜੀ ਜਿਹੜਾ ਤੁਹਾਡੇ ਤੇ ਸਾਡੇ ਵਿੱਚ ਫਰਕ ਸਮਝੇਗਾ ਉਹਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਹੀਂ ਪ੍ਰਾਪਤ ਹੋਵੇਗੀ, ਗੁਰੂ ਕਾ ਸਿੱਖ ਅਖਵਾਉਣ ਦਾ ਉਹਨੂੰ ਹੱਕ ਨਹੀਂ ਹੋਵੇਗਾ। ਐਸੀਆਂ ਬਖਸ਼ਿਸ਼ਾਂ ਦੇ ਮਾਲਕ ਧੰਨ ਧੰਨ ਬ੍ਰਹਮ ਗਿਆਨੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਰ ਘਰ ਦੇ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇਂ ਸਰੂਪ ਮਹਾਂਪੁਰਖ ਸਿੱਖ ਪੰਥ ਦੀ ਮਾਇਨਾਜ ਸ਼ਖਸੀਅਤ ਸਿੰਘ ਸਾਹਿਬ ਜਥੇਦਾਰ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੇ ਨਾਲ ਸ੍ਰੀਮਾਨ ਸੰਤ ਬਾਬਾ ਸਰੂਪ ਸਿੰਘ ਸਾਹਿਬ ਜੀ ਦਾ ਏਡਾ ਵੱਡਾ ਪਿਆਰ ਹੈ ਗੁਰੂ ਕੀ ਸਿੱਖੀ ਦੇ ਨਾਤੇ ਦਾ ਕਿ ਜਿਸ ਪਿਆਰ ਨੂੰ ਲਫਜ਼ਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਮਹਾਂਪੁਰਖਾਂ ਨੇ ਆਪ ਗੁਰੂ ਕੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ
इस महान समागम दे विच हाजरी भरन दे वास्ते अपने वड्डे सपुत्र सत्कार योग बाबा जी बाबा प्रेम सिंह साहिब जी हुणा नूं भेजिया। बाबा जी ने आप गुरु कीआं संगतां दे आण के दर्शन कीते ने ते कृपा करके सारिया संगतां ने महापुरखां दी हाजरी प्रवान करनी। गरीब नवाज सतगुरु सचे पातशाह कृपा करन अपने पावन दरों घरों गुरु की सिखी नाम दी दात बख्श के गरीब नवाज पातशाह निहाल 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 करतार्थ करन जी दास समाप्ति दी अते महापुरखां दी हाजरी लवाउण वास्ते फतेह बिने करेगा। कोई भी रसना वांझी ना रह जावे। सारियां संगतां प्यार अदब सत्कार दे नाल साहिबां दे पावन चरणां दे विच सीस झुकाउंदिआं होइआं महापुरखां दी हाजरी प्रवान करियो। बहुत बहुत धन्नवाद सारे छिहाटा साहिब दी गुरु कीआं संगतां दा नौजवान सेवक सभा दा अते अति सत्कारयोग श्रीमान संत बाबा सरूप सिंह साहिब जी चंडीगढ़ वाले महापुरखां दा रोम रोम करके धन्नवाद है जो हर साल एडे वड्डे भारी गुरमत समागम उलीक के टुटियां होईयां सुरतां नूं गुरु दे चरणां दे नाल जोड़दे ने। गरीब नवाज सतगुरु सच्चे पातशाह कृपा बख्शिशां रहमतां करन जी। बेनतियां विचारां करदियां होईयां भुल्लां गलतियां दी मुआफी बख्शनी। प्यार सहित सारियां संगतां महापुरखां दी हाजरी प्रवान करियो। प्यार सहित आखो जी वाहिगुरु जी का खालसा वाहिगुरु जी की फतेह।